So, what is your name? My name is Jaswinder Singh. Janab, da ek shauk hai ki kisi bhi tarah IELTS karke Canada di dharti te pahuncha jao. Your hometown place? Hometown? Ma'am, I live in Pind Lachkani. It has so many beautiful things, matlab ma'am. It has, matlab jehdi cheez main tuhanu samjhaunni chahunda na ji, oh English ch samjha nahi sakda. Oh English naal saadi nipdi nahi tahe, jatt to IELTS hundi nahi. Bada hi okha aaya si mera paper ta. Main ta tukke naal hi sahi galat kar rahi ha. Tera ki baneya? Jattan ne karti jattan wali. Oh maariya bhadka ke paper. Oh English naal saadi nipdi nahi tahe, jatt to IELTS hundi. ਪਾਜੀ ਮੈਂ ਆਪਣੇ ਆਈਲੈਟਸ ਦਾ ਰਿਜ਼ਲਟ ਦੇਖਣਾ ਸੀਗਾ ਜੀ ਤੁਹਾਡੇ ਬੈਂਡ ਆ ਗਏ ਨੇ 5:30 ਓ ਯਾਰ ਪੰਜਾਬੀ ਤੈਨੂੰ ਚੱਜ ਖਾਲ ਨਾਲ ਆਉਂਦੀ ਨਹੀਂ ਪੇਪਰ ਤੂੰ ਅੰਗਰੇਜ਼ੀ ਦੇ ਦਿੰਦਾ ਫਿਰਦਾ ਬੀਬੇ ਮੈਂ ਨਾ ਇੱਕ ਵਾਰੀ ਹੋਰ ਆਈਲੈਟਸ ਦਾ ਪੇਪਰ ਪਾਉਣਾ ਪਹਿਲਾਂ ਵੀ ਤਾਂ ਤੂੰ ਆ ਪੇਪਰ ਦਿੱਤਾ ਸੀ ਉਦੋਂ ਤਾਂ ਆਇਆ ਨਹੀਂ ਨਤੀਜਾ ਚੰਗਾ ਐਤਕੀ ਪੇਪਰ ਪੰਜਾਬੀ ਚ ਆ ਜਾਊਗਾ ਇਹ ਨੇ ਜੀ ਲਖਵਿੰਦਰ ਸਿੰਘ ਬੈਸਟ ਆਈਲੈਟਸ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਗੁਰੂ ਜੀ ਉਹ ਮੰਮਾ ਦਾ ਫੋਨ ਆਇਆ ਥਾ ਪੁੱਛ ਰਹੇ ਥੇ ਆਈਲੈਟਸ ਕੀ ਫੁੱਲ ਫਾਰਮ ਕੀ ਹੁੰਦੀ ਹੈ ਜੀ ਮੈਂ ਕਿਵੇਂ ਦੱਸਾਂ ਤੁਹਾਨੂੰ ਮੇਰੇ ਤੇ ਆਪਣੇ 3:30 ਬੈਂਡ ਆਏ ਸੀ ਦੋਸਤ ਹੈ ਗੁਰੂ ਜੀ ਮਾਰਾ ਆਈਲੈਟਸ ਮੈਂ ਐਡਮਿਸ਼ਨ ਲੈਣਾ ਹੈ ਬਿਲਕੁਲ ਸਹੀ ਜਗ੍ਹਾ ਆ ਗਏ ਫਿਰ ਤੇ ਤੁਸੀਂ ਅਸੀਂ ਤੁਹਾਨੂੰ ਐਦਾਂ ਪੜਾਵਾਂਗੇ ਨਾ ਜਿੱਦਾਂ ਕਿਸੇ ਅਨਪੜ੍ਹ ਨੂੰ ਪੜਾਈਦਾ ਥੈਂਕ ਯੂ ਭਾਜੀ ਬਹੁਤ ਬਹੁਤ ਮਿਹਰਬਾਨੀ ਭਾਜੀ ਸ਼ੁਕਰੀਆ ਭਾਜੀ ਯਾਰ ਆ ਭਾਜੀ ਕਹਿਣਾ ਬੰਦ ਕਰੋ ਹੁਣ ਬਾਹਰ ਜਾਏਗਾ ਕਿਸੇ ਅੰਗਰੇਜ਼ ਨੂੰ ਭਾਜੀ ਕਹੇਗਾ ਅਗਲੇ ਨੇ ਗੱਲ ਸਮਝ ਨਹੀਂ ਤੇਰੀ ਉਹਨੂੰ ਜਦੋਂ ਕਹੇਗਾ ਸਰ ਅਗਲਾ ਖੁਸ਼ ਹੋ ਜਾਏਗਾ ਕਿੱਦਾਂ ਕਹਿਣਾ ਸਰ 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 ਮੈਂ ਸ਼ਹਿਰੋਂ ਪੀਜ਼ਾ ਖਾਊ ਅੱਜ ਹਾਂ ਵੀ ਉਹ ਕੀ ਹੁੰਦਾ ਅੱਗ ਲੱਗਣਾ ਉਹ ਵੀ ਗੋਰਿਆਂ ਦੀ ਰੋਟੀ ਹੁੰਦੀ ਆ ਉੱਤੋਂ ਸਬਜ਼ੀ ਪਾਈ ਹੁੰਦੀ ਉਹਨਾਂ ਨੇ ਤੋ ਆਪ ਆਈਲੈਟਸ ਕਰਨੇ ਹਰਿਆਣਾ ਸੇ ਪੰਜਾਬ ਮੇ ਆਏ ਆ ਨਾ ਕੱਚੇ ਸੁਕਾਣੇ ਆਏ ਹਾਂ ਪਾਸ ਹੋ ਵੀ ਗਿਆ ਜਾ ਕੇ ਉੱਥੇ ਨਾਲੀਆਂ ਹੀ ਸਾਫ਼ ਕਰਦੀਆਂ ਨੇ ਬਾਪੂ ਜੀ ਕੈਨੇਡਾ ਨਾਲੀਆਂ ਨਹੀਂ ਹੈਗੀਆਂ ਉੱਥੇ ਸੀਵਰੇਜ ਹੈ ਕੀਮ ਲਾਈ ਆ ਜੱਟ ਨੇ ਕੋਈ ਆਈਲੈਟਸ ਨਹੀਂ ਕੋਈ ਲੱਫੜ ਨਹੀਂ ਸਿੱਧਾ ਹੀ ਕੈਨੇਡਾ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਪੁੱਛ ਸਕਦੇ ਵਟ ਇਜ਼ ਦਾ ਟੋਟਲ ਲੈਂਥ ਆਫ ਆਲ ਦਿਸ ਟੈਸਟਿੰਗ ਐਗਜ਼ਾਮੀਨੇਸ਼ਨ ਸੈਂਟਰ ਹੁਣ ਇਹਦਾ ਕੀ ਮਤਲਬ ਹੁੰਦਾ ਜੱਸੇ ਤੁਸੀਂ ਆਨਸਰ ਦਿਓ ਮੇਰੇ ਹਿਸਾਬ ਨਾਲ ਸਰ 3 ਘੰਟੇ ਦਾ ਪੇਪਰ ਤਾਂ ਹੈਗਾ ਜੀ ਅੱਛਾ ਇਹ ਕੁਐਸਚਨ ਪੁੱਛਿਆ ਸੀ